दोस्तों मैं अमरजोत सिंह बोल रहा हूँ एडमिंटन तो। मेरे नाल जुड़े हुए हैं गुरप्रीत रंधावा फ्रॉम अमृतसर। इन्हों के केस पहला रिफ्यूज हो गए सी, आओ पता करते हैं कि इन्हों की बारीकियां किसी केस से कद ये केस रिफ्यूज होया तो फिर किमें इनका होया इंप्रूव। तो गुरप्रीत वेलकम, तुम सुखमन के दोस्त हो ना मेरे ख्याल? हाँ जी हाँ जी सत श्रीकाल। हाँ जी सुखमन का दोस्त है, मैं जी कट्ठे ही पढ़ते रहे हैं, खालसा कॉलेज तो कट्ठे कट्ठे की। हाँ जी गुड। सो ਜਿਹੜਾ ਪਹਿਲਾਂ ਕੇਸ ਤੁਹਾਡਾ ਰਿਫਿਊਜ਼ ਹੋਇਆ ਉਹ ਕਿਹੜੇ ਕਾਰਨ ਕਰਕੇ ਰਿਫਿਊਜ਼ ਹੋਇਆ? ਜੋ ਤੁਸੀਂ ਪਹਿਲਾਂ ਕੈਨੇਡਾ ਦੇ ਕੰਸਲਟੈਂਟ ਲਗਵਾਇਆ ਨਾ ਪਹਿਲਾਂ ਕੇਸ, ਅੱਜ ਤੋਂ 2-3 ਸਾਲ ਪਹਿਲਾਂ? ਹਾਂ ਜੀ ਸਰ, ਹਾਂ ਜੀ ਹਾਂ ਜੀ ਉਹ ਲਵਾਇਆ ਸੀਗਾ 2019 ਦੇ ਵਿੱਚ ਨਵੰਬਰ 'ਚ ਲੱਗਾ ਸੀ ਅਤੇ ਮਤਲਬ 6 ਦਿਨ ਬਾਅਦ ਹੀ ਰਿਜੈਕਟ ਹੋ ਗਿਆ ਸੀ। ਉਹਨਾਂ ਨੇ ਫੇਕ ਮੈਰਿਜ ਦਾ ਲਾਇਆ ਸੀ ਉੱਥੇ। ਜੀ ਫੇਕ ਮੈਰਿਜ ਦਾ ਹਾਂ ਮਤਲਬ ਕਿ ਕੰਸਲਟੈਂਟ ਉਹ ਪ੍ਰੂਵ ਨਹੀਂ ਕਰ ਸਕੇ ਕਿ ਵੀ ਮੈਰਿਜ ਤੁਹਾਡੀ ਜੈਨੂਇਨ ਹੈ? हाँ जी हाँ जी हाँ जी उन्होंने मतलब क्या ही वैसे ने भी ਤੁਹਾਡਾ ਇਰਾਦਾ मतलब ਬਾਹਰ ਜਾਂਦਾ ਹੈ ਕਿ ਤੁਹਾਡੀ ਮੈਰਿਜ ਸਾਨੂੰ ਲੱਗਦਾ ਕਿ ਜੈਨੂਇਨ ਨਹੀਂ ਹੈਗੀ ਜੀ ਕਿ ਤੁਸੀਂ ਬਾਹਰ ਸੋ ਜਾਣ ਕਰਕੇ ਵਿਆਹ ਕਰਾਇਆ। ਐਬਸੋਲੂਟਲੀ ਸੋ ਜਿਹੜੇ ਤੁਸੀਂ ਹਾਂ ਮੇਰੇ ਖਿਆਲ ਉਹ ਫਾਈਲ ਵੀ ਕਢਵਾ ਕੇ ਦੇਖੀ, ਮੇਰੇ ਖਿਆਲ ਉਹਨਾਂ ਦੇ ਕੁਝ ਲਾਏ ਸੀ ਪ੍ਰੂਫ ਵਗੈਰਾ ਪੂਰੇ ਕਿ ਨਹੀਂ? ਹਾਂ ਜੀ ਸਰ, ਪਹਿਲਾਂ ਗੇਪ ਨੋਟਸ ਵੀ ਕਢਾਏ ਉਹ 'ਚ ਚਲੋ ਕਲੀਅਰ ਹੋ ਗਿਆ ਵੀ ਕੀ ਰੀਜ਼ਨ ਆਇਆ। ਫਿਰ ਫਾਈਲ ਵੀ ਕਢਵਾਈ ਸੀ, ਫਾਈਲ ਦੇ ਵਿੱਚ ਮੈਂ ਅਸਲ ਮੇਰੀ ਵਾਈਫ ਨੇ ਉੱਧਰ ਮਤਲਬ ਉਹਨਾਂ ਦੇ ਹੈਗੇ ਉਹਦੀ ਸਿਸਟਰ ਦੀ ਹਸਬੈਂਡ ਦੀ ਪਹਿਲਾਂ ਲੱਗੀ ਸੀ ਨਾ ਫਾਈਲ, ਅਤੇ ਉਹਨਾਂ ਦੇ ਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਚਲੋ ਉੱਥੋਂ ਫਾਈਲ ਲਾ ਲੈਂਦੇ ਹਾਂ। ਅਤੇ ਮੈਂ ਕਿਹਾ ਚਲੋ ਠੀਕ ਆ, ਅਤੇ ਉਹ ਚਲੋ ਫਾਈਲ ਲੱਗ ਗਈ। ਫਿਰ ਰਿਜੈਕਟ ਵੀ ਹੋ ਗਈ। ਫਿਰ ਜਦੋਂ ਫਾਈਲ ਕਢਵਾਈ ਤਾਂ ਮੈਨੂੰ ਨਾ ਬੜੀ ਹੈਰਾਨੀ ਜਿਹੀ ਹੋਈ ਇੱਕ ਗੱਲ ਦੀ, ਵੀ ਮੈਂ ਉਹਨਾਂ ਨੂੰ ਵਾਰ ਵਾਰ ਕਿਹਾ ਵੀ ਮੇਰੇ ਨਾ ਥੋੜ੍ਹਾ ਜਿਹਾ ਵੀ ਫਾਈਲ ਮੈਨੂੰ ਲੱਗਦੀ ਹੈ ਵੀਕ ਆ, ਅਤੇ ਤੁਸੀਂ ਮੇਰੀਆਂ ਜਿਹੜੀਆਂ ਮੈਰਿਜ ਦੀਆਂ ਫੋਟੋ ਆ ਜਾਂ ਆਪਾਂ ਮੈਰਿਜ ਤੋਂ ਬਾਅਦ ਦੀਆਂ ਫੋਟੋਆਂ ਤੁਸੀਂ ਜ਼ਿਆਦਾ ਲਾਇਓ, ਜਿੰਨੀਆਂ ਹੋ ਸਕੇ ਵੱਧ ਤੋਂ ਵੱਧ ਲਾ ਦਿਓ, ਹੈ ਨਾ। ਅਤੇ ਉਹ ਜਦੋਂ ਮੈਂ ਵੇਖੀ ਵੀ ਉਹਨਾਂ ਨੇ 25 ਕੁ ਫੋਟੋਆਂ ਲਾਈਆਂ ਸੀ ਵਿੱਚ, ਅਤੇ ਉਹਦੇ ਵਿੱਚੋਂ ਹੀ 4-5 ਫੋਟੋਆਂ ਇੱਦਾਂ ਦੀਆਂ ਜਿਹੜੀਆਂ 2-2 ਵਾਰਾਂ ਵੀ ਲਾਤੀਆਂ, ਅਤੇ ਇੱਕ ਫੋਟੋ ਇੱਦਾਂ ਦੀ ਜਿਹੜੀ 3 ਵਾਰਾਂ ਵੀ ਲੱਗੀ ਵਿੱਚ। ਓ ਮਾਈ ਹੋਇਆ, ਉਹਨਾਂ ਨੇ ਕੇਅਰਫੁਲੀ ਕੰਮ ਨਹੀਂ ਕੀਤਾ, ਇਹਦਾ ਮਤਲਬ ਕੇਅਰਫੁਲੀ ਉਹਨਾਂ ਨੂੰ ਪਤਾ ਹੀ ਲੱਗਿਆ ਕਿ ਵੀ ਉਹਨਾਂ ਨੇ ਜਾਂ ਤੇ ਉਹਨਾਂ ਉਹਦੇ ਨੇ ਕੋਲ ਤੇ ਫੋਟੋਆਂ ਹਾਂਜੀ ਤੁਹਾਡੇ ਤੋਂ ਫਾਈਲ ਇੱਦਾਂ ਮੰਗੀ ਜਿੱਦਾਂ ਨਾ, ਲੈਂਦੇ ਹੋ ਕਿ? ਹਾਂਜੀ ਹਾਂਜੀ ਨਹੀਂ ਫੋਟੋਆਂ ਉਹਨਾਂ ਨੂੰ ਮੈਂ ਲਗਭਗ 80-90 ਦੇ ਕਰੀਬ ਉਹਨਾਂ ਨੂੰ ਫੋਟੋਆਂ ਸੈਂਡ ਕੀਤੀਆਂ, ਤੇ ਮੈਂ ਬਾਰ ਬਾਰ 2 ਵਾਰਾਂ ਮੈਸੇਜ ਵੀ ਉਹਨਾਂ ਨੂੰ ਭੇਜਿਆ ਵਾਈਫ ਦੇ ਰਾਹੀਂ, ਕਿਉਂਕਿ ਮੇਰੀ ਗੱਲ ਨਹੀਂ ਹੁੰਦੀ, ਵਾਈਫ ਦੀ ਗੱਲ ਹੁੰਦੀ ਸੀ ਉੱਧਰ, ਵੀ ਉਹਨਾਂ ਨੂੰ ਬਾਰ ਬਾਰ ਕਿਹਾ ਵੀ ਤੁਸੀਂ ਫੋਟੋਆਂ ਵੱਧ ਲਾਇਓ। ਤੇ ਚਲੋ ਜੇ 25 ਵੀ ਲਾਈਆਂ ਸੀ ਤੇ ਇੱਕ ਇੱਕ ਕਰਕੇ ਲਾ ਦਿੰਦੇ, ਉਹਨਾਂ ਨੇ ਜਿਹੜੀਆਂ 2-2, 3-3 ਇੱਕ ਫੋਟੋ 3 ਵਾਰਾਂ ਵੀ ਲਾ ਦਿੱਤੀ, ਤੇ ਉਹ ਤੇ ਸਿੱਧਾ ਅੰਬੈਸੀ ਨੂੰ ਡਾਊਟ ਇਹੀ ਹੋਣਾ ਵੀ ਸ਼ਾਇਦ ਇਹਨਾਂ ਕੋਲ ਤੇ ਫੋਟੋਆਂ ਵੀ ਨਹੀਂ ਹੈਗੀਆਂ। ਜੀ 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 ਹੋ ਸਕਦਾ, ਵੈਰੀ ਪੋਸੀਬਲ, ਹਾਂਜੀ ਵੈਰੀ ਪੋਸੀਬਲ। ਯਾ 25 ਫੋਟੋ, ਚਲੋ ਜੋ ਵੀ ਕੁਝ ਹੈ, ਇਹ ਫੋਟੋਆਂ ਸਾਰੇ ਮੈਰਿਜ ਸੈਰੇਮਨੀ ਦੀ ਫੋਟੋ ਸੀ ਜਾਂ ਹਨੀਮੂਨ ਵਾਲੀ ਦੀ ਫੋਟੋ ਸੀ, ਮਿਲਣ ਜੁਲਣ ਦੀ ਫੋਟੋ, ਕਿਹੋ ਜਿਹੀ ਫੋਟੋਆਂ ਸੀ ਇਹਦੇ ਵਿੱਚ ਜਿਹੜੇ? ਹਾਂਜੀ ਉਹਨਾਂ ਨੇ ਮੈਰਿਜ ਸੈਰੇਮਨੀ ਦੀਆਂ ਲਾਈਆਂ ਸੀ ਵਿੱਚ, ਹਨੀਮੂਨ ਦੀਆਂ ਵੀ 1-2 ਹੈਗੀਆਂ ਸੀ, ਤੇ ਖੁਦ ਆਪਣਾ ਰਿਲੇਟਿਵਸ ਜਦੋਂ ਆਪਾਂ ਕੋਈ ਫੰਕਸ਼ਨ ਤੇ ਜਾਂਦੇ ਹਾਂ 1-2 ਸ਼ਾਇਦ ਫੋਟੋਆਂ ਉਹ ਹੈਗੀਆਂ। ਜੀ 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 ਹਾਂਜੀ ਕਾਫੀ ਕਾਫੀ ਕੰਸਲਟੈਂਟ ਜਿਹੜੇ ਕੈਨੇਡਾ ਦੇ ਹੈ, ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੈ, ਮੈਨੂੰ ਪਤਾ ਹੈ ਕਿ ਉਹਨਾਂ ਨੂੰ ਜਾਂ ਤੇ ਇੰਟਰਸਟ ਨਹੀਂ ਹੈ ਸਪਾਊਸ ਵੀਜ਼ਾ ਦਾ, ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈ, ਜਾਂ ਉਹਨਾਂ ਦਾ ਰੋਜ਼ਮਰਾ ਦੀ ਜ਼ਿੰਦਗੀ ਜੋ ਉਹ ਐਪਲੀਕੇਸ਼ਨ ਕਰਦੇ ਆ ਉਹਦੇ ਵਿੱਚ ਜ਼ਿਆਦਾ ਉਹਨਾਂ ਦਾ ਕਾਮਨ ਇੰਟਰਸਟ ਨਹੀਂ ਹੈ ਕਿ ਹਾਂਜੀ ਮਤਲਬ ਬਹੁਤ ਬਹੁਤ ਘੱਟ ਆ ਜਿਹੜੇ ਸੀਰੀਅਸ ਲੈਂਦੇ ਆ, ਨਹੀਂ ਤੇ ਬਹੁਤਿਆਂ ਨੂੰ ਤੇ ਇਹੀ ਆ ਵੀ ਆਪਣੀ ਫੀਸ ਲੈ ਲਈ ਆ ਵੀ ਆਪਾਂ ਫਾਈਲ ਪਾਤੀ ਆ ਤੇ ਚਲੋ ਠੀਕ ਆ, ਵੀ ਕਿਸੇ ਦਾ ਰਿਜੈਕਟ ਹੁੰਦਾ ਜਾਂ ਆਉਂਦਾ ਉਹਨਾਂ ਨੂੰ ਇਹ ਚੀਜ਼ਾਂ ਕੋਈ ਬਹੁਤਾ ਮਤਲਬ ਨਹੀਂ ਜਾਂਦਾ। ਮੁੜ ਕੇ ਤੁਸੀਂ ਇਹ ਵੀ ਦੱਸਿਆ ਕਿ ਬਈ ਉਹਨਾਂ ਨੂੰ ਆਪ ਨਹੀਂ ਪਤਾ ਲੱਗਿਆ ਕਿ ਵੀਜ਼ਾ ਰਿਫਿਊਜ਼ ਹੋ ਗਿਆ ਕਿ ਨਹੀਂ ਹੈ, ਬਾਅਦ 'ਚ ਤੁਹਾਨੂੰ ਫਿਰ ਅਪਡੇਟ ਹਾਂਜੀ ਤੁਹਾਨੂੰ ਮੇਰੀ ਪਹਿਲਾਂ ਵਾਈਫ ਨੇ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ? ਹਾਂਜੀ ਮੇਰੀ ਵਾਈਫ ਨੇ ਕਾਲ ਕੀਤੀ ਸੀ ਉਹਨਾਂ ਨੂੰ ਵੀ ਇੱਦਾਂ ਇੱਦਾਂ ਮੇਰੇ ਹਸਬੈਂਡ ਦਾ ਵੀਜ਼ਾ ਰਿਜੈਕਟ ਹੋ ਗਿਆ, ਤੇ ਉਹ ਕਹਿੰਦੇ ਅੱਛਾ ਰਿਜੈਕਟ ਹੋ ਗਿਆ ਤੇ ਕੋਈ ਨਹੀਂ ਮੈਂ ਕਰਦਾ ਪਤਾ। ਹਾਂ ਤੇ ਉਹਨੂੰ ਆਪ ਨੂੰ ਪਤਾ ਨਹੀਂ ਵੀ ਵੀਜ਼ਾ ਰਿਜੈਕਟ ਹੋਇਆ, ਹੈ ਨਾ। ਅੱਗੇ ਜਿਹੜੇ ਉਹਨਾਂ ਨੇ ਕਲਾਇੰਟ ਰੱਖੇ ਹੋਣਗੇ ਮਤਲਬ ਕੰਮ ਵਾਸਤੇ, ਉਹਨਾਂ ਨੇ ਫਾਈਲ ਸ਼ਾਇਦ ਲਾਈ ਸੀ ਤੇ ਉਹਨਾਂ ਨੇ ਅੱਗੋਂ ਮਤਲਬ ਵੀ ਰਿਫਿਊਜ਼ਲ ਲੈਟਰ ਭੇਜਤੀ ਹੋਣੀ ਆ, ਤੇ ਬਾਅਦ ਵਿੱਚ ਉਹਨਾਂ ਦੀ ਬੈਕ ਕਾਲ ਵੀ ਨਹੀਂ ਆਈ ਵੀ ਤੁਹਾਡਾ ਆਪਾਂ ਕਰਦੇ ਹਾਂ ਕੇਸ ਜਾਂ ਆਪਾਂ ਕੋਈ ਵਿੱਚ, ਉਹਨਾਂ ਨੇ ਕੁਛ ਨਹੀਂ ਕੀਤਾ ਬਸ। ਜੀ 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 ਫਿਰ ਉਸ ਤੋਂ ਬਾਅਦ ਮੈਂ ਸੁਖਮਨ ਮੇਰਾ ਫਰੈਂਡ ਸੀ, ਮੈਨੂੰ ਚਲੋ ਪਤਾ ਹੀ ਵੀ ਚਲੋ ਬਾਹਰ ਗਿਆ, ਮੈਂ ਇਹਨਾਂ ਗੱਲ ਕੀਤੀ ਤੇ ਸੁਖਮਨ ਨੂੰ ਮੈਂ ਕਿਹਾ ਵੀ ਆਹ ਗੱਲ ਇੱਦਾਂ ਇੱਦਾਂ ਹੋ ਗਈ ਆ, ਤੇ ਇਹ ਕਹਿੰਦਾ ਵੀ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਵੀ ਆਪਾਂ ਕਰਦੇ ਹਾਂ ਕੋਈ ਹੱਲ ਮਸਲੇ ਦਾ, ਵੀ ਕਾਹਲੇ ਨਹੀਂ ਪੈਣਾ ਵੀ ਕਰਨਾ ਆਪਾਂ ਤਰੀਕੇ ਨਾਲ ਆ, ਤੇ ਪਰ ਟਾਈਮ ਥੋੜ੍ਹਾ ਲੱਗ ਸਕਦਾ। ਮੈਂ ਚਲੋ ਟਾਈਮ ਦਾ ਤਾਂ ਕੋਈ ਚੱਕਰ ਨਹੀਂ ਆ ਕਿ ਆਪਣਾ ਕੰਮ ਹੋ ਜਾਏ ਚਲੋ ਵਧੀਆ। ਮਸਲਾ ਐਕਚੁਅਲੀ ਹਮੇਸ਼ਾ ਹੁੰਦਾ ਕਿ ਪ੍ਰੈਜੈਂਟੇਸ਼ਨ ਹੈ, ਪ੍ਰੈਜੈਂਟੇਸ਼ਨ ਵਿੱਚ ਕੀ ਲਾਈ ਹੈ, ਕੀ ਕਿਹੜੀ ਇਨਫੋਰਮੇਸ਼ਨ
ਪੁਟ ਅਪ ਕੀਤੀ ਹੈ, ਕਿਹੜਾ ਕਵਰ ਲੈਟਰ ਲਿਖਿਆ, ਫੋਟੋਆਂ ਕਿੰਨੀ ਲਾਈਆਂ, ਕਿ ਮੈਨੂੰ ਉਹਨੂੰ ਸੈਟੀਸਫਾਈ ਕਰਨ ਦਾ ਤਰੀਕਾ ਹੈ ਕਿ ਵੀ ਜੈਨੂਇਨ ਮੈਰਿਜ ਕੀ ਹੈ। ਉਹ ਤੇ ਇੰਨੀ ਮੈਨੂੰ ਬੜੀ ਹੈਰਾਨੀ ਕਿ ਕੰਸਲਟਡ ਮਤਲਬ ਕਿ ਏਜੰਟ ਜਿਹੜਾ ਹੈਗਾ ਸੀ ਵੀ ਚਲੋ ਲਾਇਸੈਂਸ ਵੀ ਉਹਨਾਂ ਕੋਲ ਹੈਗਾ ਸੀ ਐਡਮਿੰਟਨ ਦਾ ਹੀ, ਚਲੋ ਨਾਂ ਤੇ ਨਹੀਂ ਲਊਂਗਾ ਤੇ, ਪਰ ਮੈਂ ਹਿਸਾਬ ਲਾਉਣ ਡਿਆ ਮੈਂ ਵੀ ਇਹ ਤੋਂ ਵਧੀਆ ਤਾਂ ਫਾਈਲ ਤਾਂ ਮੈਂ ਆਪ ਬਣਾ ਲੈਣੀ ਜਿੱਦਾਂ ਦੀ ਉਹਨੇ ਲਾਈ। ਪੈਸੇ ਪੈਸੇ ਕਿੰਨੇ ਕਿੰਨੇ ਲਏ ਉਹਨਾਂ ਨੇ? ਪੈਸੇ ਤਾਂ ਥੋੜੇ ਲਏ ਸੀ ਉਹਨਾਂ ਨੇ, ਪੈਸੇ ਤੇ ਉਹਨਾਂ ਨੇ $1,000 ਲਿਆ। ਲੇਕਿਨ $1,000 ਕਿਸੇ ਕਿਸੇ ਲੱਗੇ ਨੀ ਨਾ, ਕਿਸੇ ਸਿਰੇ ਲੱਗੇ ਨੀ, ਉਹ ਮਤਲਬ ਉਹਦਾ ਕੋਈ ਨਿਕਲਿਆ ਨੀ, ਸਿੱਟਾ ਨੀ ਨਿਕਲਿਆ ਕੋਈ। ਹਾਂਜੀ ਹਾਂਜੀ, ਪੈਸੇ ਦੀ ਨੀ ਗੱਲ ਹੁੰਦੀ, ਕੰਮ ਹੋਣਾ ਚਾਹੀਦਾ। ਚਲੋ ਪੈਸੇ ਤੇ ਹਰ ਕਦੀ, ਚਲੋ ਆਪਾਂ ਆਪਣੀ ਫੀਸ ਹੈ, ਕਿਸੇ ਦੀ ਵੱਧ ਆ ਕਿਸੇ ਦੀ ਘੱਟ ਆ, ਪਰ ਇਹ ਵੀ ਸੀਰੀਅਸ ਨਾ ਲੈਂਦੇ, ਸੀਰੀਅਸ ਲੈਣਾ ਚਾਹੀਦਾ ਕਿਸੇ ਦੀ ਫਾਈਲ ਨੂੰ ਵੀ। ਜਦੋਂ ਰਿਜੈਕਟ ਹੁੰਦੀ ਉਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ, ਪਰ ਅਗਲੇ ਦਾ ਕੰਮ ਖਰਾਬ ਹੁੰਦਾ ਨਾ, ਉਹ ਫਿਰ ਬੜੀ ਦੂਰ ਕੰਮ ਪੈ ਜਾਂਦਾ ਜਾ ਕੇ। ਉਸ ਤੋਂ ਬਾਅਦ ਫਿਰ ਕਰੋਨਾ ਟਾਈਮ ਤੇ ਫਿਰ ਜੋ ਅੰਬੈਸੀ ਦਾ ਰਿਹਾ ਰਵੱਈਆ, ਫਿਰ ਰਿਜ਼ਲਟ ਲੇਟ ਹੋਏ, ਕਰਦਿਆਂ ਕਰਦਿਆਂ ਮੇਰੀ ਫਿਰ ਆਪਾਂ ਫਿਰ ਮੈਂ ਸੁਖਮਨਾ ਕੀਤੀ ਜਦੋਂ ਗੱਲ ਤੇ, ਉਹ ਕਹਿੰਦਾ ਕਰਦੇ, ਫਿਰ ਇਹਨਾਂ ਨੇ ਫਿਰ ਉਹਨਾਂ ਚਿਰ ਵਰਕ ਪਰਮਿਟ ਵੀ ਆ ਗਿਆ ਸੀ ਨਾ ਵਾਈਫ ਦਾ, ਸਟੱਡੀ ਕੰਪਲੀਟ ਹੋ ਗਈ, ਬਾਅਦ ਚ ਲਾਈ ਨੀ ਗਈ ਕਿਉਂਕਿ ਪਹਿਲਾਂ 1 ਸਾਲ ਦੀ ਸਟੱਡੀ ਸੀ, ਫਿਰ ਦੂਜੇ ਸਾਲ ਦੀ ਬ੍ਰੈਂਪਟਨ ਲਈ ਆਣ ਕੇ, ਪਹਿਲਾਂ ਓਟਵਾ ਦੇ ਵਿੱਚ ਪਹਿਲੇ ਸਾਲ ਦੀ, ਫਿਰ ਜਦੋਂ ਸਟੱਡੀ ਪਰਮਿਟ ਆਇਆ ਫਿਰ ਉਦੋਂ ਫਿਰ ਲਾਸਟ ਸਮੈਸਟਰ ਆ ਗਿਆ, ਉਦੋਂ ਵੀ ਨੀ ਲਾ ਸਕਦੇ ਆਪਾਂ, ਫਿਰ ਵਰਕ ਪਰਮਿਟ ਅਪਲਾਈ ਕੀਤਾ ਤੇ ਵਰਕ ਪਰਮਿਟ ਦੇ ਉੱਪਰ ਮੈਂ ਸੋਚ ਲਿਆ, ਮੇਰੀ ਵਾਈਫ ਵੀ ਕਹਿੰਦੀ ਵੀ ਆਪਾਂ ਸੁਖਮਨ ਤੋਂ ਹੀ ਲਵਾਉਣੀ ਆ, ਤੇ ਮੈਂ ਸੁਖਮਨ ਨਾਲ ਕੀਤੀ ਗੱਲ ਤੇ ਕਹਿੰਦਾ ਵੀ ਚਲੋ ਮੈਂ ਸਾਰਿਆਂ ਨਾਲ ਕਰਦਾ ਗੱਲ ਤੇ ਆਪਾਂ ਕਰਦੇ ਹਾਂ ਕੋਈ ਹੱਲ, ਤੇ ਫਿਰ ਚਲੋ ਸੁਖਮਨ ਨੇ ਹਾਂ ਕੀਤੀ ਤੇ ਫਿਰ ਉਸ ਤੋਂ ਬਾਅਦ ਸਾਰੀ ਫਾਈਲਿੰਗ ਜਿਹੜੀ ਸੁਖਮਨ ਰਾਹੀਂ ਤੇ ਫਿਰ ਤੁਹਾਡੇ ਰਾਹੀਂ ਸਾਰੀ ਹੋਈ। ਅਪਡੇਟ ਆ ਚੁੱਕੀ ਹੈ ਗੁਰਪ੍ਰੀਤ, ਹੁਣ ਤੇ ਮੈਡੀਕਲ ਰਿਕੁਐਸਟ ਆ ਚੁੱਕੀ ਹੈ। ਮੈਡੀਕਲ ਰਿਕੁਐਸਟ ਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਅਪਰੂਵ ਮੋਰ ਔਰ ਲੈਸ ਮਨ ਬਣਾ ਲਿਆ ਕਿ ਠੀਕ ਹੈ ਵੀ ਆਰ ਗੋਇੰਗ ਟੂ ਅਪਰੂਵ। ਸੋ ਮੈਡੀਕਲ ਰਿਕੁਐਸਟ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ ਸੁਖਮਨ ਦਾ, ਬਹੁਤ ਬਹੁਤ ਥੈਂਕ ਯੂ ਜਿਹਨਾਂ ਨੇ ਇੰਨਾ ਵਧੀਆ ਕੰਮ ਕੀਤਾ। ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਕੰਮ ਤੋਂ ਨਾ, ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਮੈਂ ਵੀ ਤੁਹਾਡੀ ਸਰਵਿਸ ਜਿਹੜੀ ਬਹੁਤ ਜ਼ਿਆਦਾ ਵਧੀਆ, ਕਿਉਂਕਿ ਤੁਸੀਂ ਕੰਮ ਕੀਤਾ ਆਪਣਾ ਸਮਝ ਕੇ, ਜਿੱਦਾਂ ਆਪਣੀ ਫਾਈਲ ਹੁੰਦੀ ਨਾ ਆਪਣਾ ਪਰਿਵਾਰ ਦੇ ਮੈਂਬਰ ਦੀ ਫਾਈਲ ਹੁੰਦੀ ਹੈ, ਇਹ ਸਮਝ ਕੇ ਤੁਸੀਂ ਕੰਮ ਕੀਤਾ ਨਾ, ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ। ਜੀ, ਐਪਰੀਸ਼ੀਏਟ ਮੇਰੇ ਖਿਆਲ ਉਹਦੀ ਮਿਹਨਤ ਮਿਹਨਤ ਹੈ, ਉਹ ਬਹੁਤ ਹੀ ਇੰਟਰਸਟ ਲੈ ਕੇ ਫਾਈਲ ਨੂੰ ਸਟੱਡੀ ਕਰਕੇ, ਬਹੁਤ ਵਧੀਆ ਫਾਈਲ ਨੂੰ ਸਟੱਡੀ ਕਰਕੇ ਕਮੀ ਪੇਸ਼ੀ ਜਾਂਚ ਕੇ ਉਹਨੂੰ ਫਿਰ ਉਹਨੂੰ ਮਤਲਬ ਕਿ ਜਿਵੇਂ ਦਵਾਈ ਹੁੰਦੀ ਨਾ, ਜਿਸ ਤਰ੍ਹਾਂ ਬਿਮਾਰੀ ਨੂੰ ਦੇਖ ਕੇ ਦਵਾਈ ਦਿੰਦਾ, ਇਸ ਤਰ੍ਹਾਂ ਉਹ ਮਤਲਬ ਜੋ ਵੀ ਪ੍ਰੋਬਲਮ। ਸੋ ਇਸ ਤਰ੍ਹਾਂ, ਚਲੋ ਥੈਂਕ ਯੂ ਵੈਰੀ ਮੱਚ, ਤੁਸੀਂ ਤੁਸੀਂ ਕਾਲ ਕੀਤਾ ਤੇ ਮੈਡੀਕਲ ਤੇ ਬਾਅਦ ਤੇ ਫਿਰ ਤੇ ਮੇਰੇ ਖਿਆਲ ਹੈ ਕਿ ਵਿਦਿਨ ਫਿਊ ਡੇਸ ਤੁਹਾਨੂੰ ਪਾਸਪੋਰਟ ਰਿਕੁਐਸਟ ਆ ਜਾਣੀ ਚਾਹੀਦੀ ਹੈ। ਸੋ ਯੂ ਆਰ ਔਨ ਦਾ ਵੇ, ਤੇ ਕੱਲ ਨੂੰ ਆ ਕੇ ਤੁਸੀਂ PR ਵੀ ਬਣਨਾ ਹੈ ਕੈਨੇਡਾ ਆ ਕੇ, ਕੱਲ ਨੂੰ ਤੁਹਾਡਾ ਭਵਿੱਖ ਬੜਾ ਉਜਵਲ ਹੈ ਫਿਰ। ਹਾਂਜੀ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਮਤਲਬ ਸਾਰਿਆਂ ਨੂੰ ਵੀ, ਤੁਸੀਂ ਚਲੋ ਯੂਟਿਊਬ ਤੇ ਤੁਹਾਡੀਆਂ ਵੀਡੀਓ ਮੈਂ ਬਹੁਤ ਵੇਖੀਆਂ ਤੇ ਉਹ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਵੀ ਸਟਾਰਟਿੰਗ ਤੋਂ ਹੀ ਆਪਾਂ ਨਾ ਜੇ ਸੋਚ ਸਮਝ ਕੇ ਚੱਲੀਏ ਨਾ, ਫਿਰ ਸ਼ਾਇਦ ਇੰਨਾ ਬਾਅਦ 'ਚ ਪ੍ਰੋਬਲਮ ਨਾ ਆਉਣ। ਹਾਂਜੀ, ਜਦੋਂ ਇੱਕ ਵਾਰ ਆਪਾਂ ਗਲਤੀ ਕਰ ਲੈਂਦੇ ਨਾ, ਇੱਕ ਗਲਤੀ ਜਿਹੜੀ ਨਾ, ਉਸ ਤੋਂ ਬਾਅਦ ਫਿਰ ਉਹੋ ਹੀ ਲਗਾਤਾਰ ਗਾਂਹ ਨਿਕਲਦੀ ਜਾਂਦੀ ਆ, ਉਹ ਫਿਰ ਬੜਾ ਔਖਾ ਕੰਮ ਹੋ ਜਾਂਦਾ। ਤੇ ਆਪਾਂ ਏਜੰਟ ਚੁਣਨ ਵਾਸਤੇ ਜਾਂ ਆਪਣਾ ਮੈਰਿਜ ਵਾਸਤੇ ਜਾਂ ਜੋ ਵੀ ਡਿਸੀਜਨ ਲੈਣਾ ਨਾ, ਮੇਰੇ ਹਿਸਾਬ ਨਾਲ ਪਹਿਲਾਂ ਪਲੈਨਿੰਗ ਹੋਣੀ ਉਹਦੀ ਜ਼ਰੂਰੀ ਆ। ਪਹਿਲਾਂ ਪਲੈਨਿੰਗ ਹੋਈ ਹੋਏ ਤੇ ਫਿਰ ਇੰਨੀਆਂ ਪ੍ਰੋਬਲਮ ਆਉਂਦੀਆਂ ਨੇ ਬਾਅਦ ਵਿੱਚ। ਯੂ ਆਰ ਰਾਈਟ, ਐਕਚੁਅਲੀ ਬੈਸਟ ਪਲੈਨਿੰਗ ਹੁੰਦੀ ਹੈ ਹਮੇਸ਼ਾ ਕਿ ਜਦ ਤੁਹਾਡੀ ਮੈਰਿਜ ਹੋ ਰਹੀ ਹੋ, ਰਿਸ਼ਤਾ ਹੋ ਗਿਆ ਹੈ, ਮੈਰਿਜ ਕਰਨੀ ਹੈ, ਮੈਰਿਜ ਦੇ ਵਿੱਚ ਕੀ ਕੁਛ ਕਰਨਾ ਹੈ, ਕਿਹੜੇ ਕਿਹੜੇ ਡਾਕੂਮੈਂਟ ਤਿਆਰ ਕਰਨੇ ਹੈ, ਤੇ ਮੈਰਿਜ ਦੇ ਬਾਅਦ ਕਿੰਨਾ ਟਾਈਮ ਰਹਿਣਾ ਹੈ, ਇਕੱਠੇ ਰਹਿਣਾ ਵਗੈਰਾ, ਬਹੁਤ ਸਾਰੇ ਫੈਕਟਰਸ ਹੁੰਦੇ ਆ। ਸੋ ਅਗਰ ਕੋਈ ਐਪਲੀਕੈਂਟ ਉਸ ਸਲਾਹ ਲੈ ਕੇ ਕਰੇ ਨਾ, ਤੇ ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ। ਉਹੀ ਮੈਨੂੰ ਲੱਗਦਾ, ਜਦੋਂ ਅੰਗੇਜਮੈਂਟ ਕਰਾਉਣੀ ਨਾ, ਉਦੋਂ ਤੋਂ ਹੀ ਬੰਦਾ ਸੋਚ ਲੇ ਨਾ ਕਿ ਗਾਹ ਆਪਾਂ ਕਿੱਦਾਂ ਕਿੱਦਾਂ ਕਰਨਾ ਆ, ਫਿਰ ਥੋੜਾ ਈਜ਼ੀ ਹੋ ਜਾਏਗਾ ਸਾਰਿਆਂ ਵਾਸਤੇ। ਕਿਉਂਕਿ ਹੁਣ ਤੇ ਬਹੁਤ ਸਖਤਾਈ ਹੁੰਦੀ ਜਾਂਦੀ, ਅੰਬੈਸੀ ਬਹੁਤ ਸਟ੍ਰਿਕਟ ਹੋ ਗਈ ਆ ਹੁਣ ਤੇ, ਇੱਥੋਂ ਤੱਕ ਵੀ ਅੰਬੈਸੀ ਨੇ ਮੈਨੂੰ ਲੱਗਦਾ ਵੀ ਸ਼ਾਇਦ, ਪਤਾ ਨਹੀਂ, ਸ਼ਾਇਦ ਮੈਂ ਗਲਤ ਨਾ ਹਾਂ, ਵੀ ਕਹਿੰਦੇ ਵੀ ਜੇ ਸਾਨੂੰ ਲੱਗਾ ਵੀ ਜੇ ਇੰਟਰਵਿਊ ਦੇ ਵਿੱਚ ਵੀ ਤੁਹਾਡੀ ਮੈਰਿਜ ਫੇਕ ਆ, ਤੇ ਸ਼ਾਇਦ ਉਹ ਬੈਨ ਵੀ ਲਾ ਸਕਦੀ 5 ਸਾਲ ਜੀ। ਉਹ ਕਈ ਹੋਏ ਆ ਇਸ ਤਰ੍ਹਾਂ ਦੇ ਕੇਸਿਸ ਇਨ ਦਾ ਪਾਸਟ, ਹੁੰਦੇ ਰਹੇ ਆ ਪਿਛਲੇ 1-2 ਸਾਲ ਤੋਂ। ਫਿਰ ਉਹ ਮਿਸਰੈਪ ਦਾ ਬੈਨ ਕਰ ਦਿੰਦੇ ਕਿ ਵੀ ਤੁਸੀਂ ਸਪਾਊਸ ਤੇ ਹੋ ਹੀ ਨਹੀਂ, ਅਕੋਰਡਿੰਗ ਟੂ ਸਾਡੇ ਜਜਮੈਂਟ ਤੁਸੀਂ ਸਪਾਊਸ ਨਹੀਂ ਹੋ। ਸੋ ਤੁਸੀਂ ਅਗਰ ਜੇ ਸਪਾਊਸ ਵੀਜ਼ਾ ਤੁਹਾਨੂੰ ਅਗਰ ਮਿਲ ਜਾਂਦਾ ਤੇ ਇੱਥੇ ਕੰਮ ਖਰਾਬ ਹੋ ਜਾਣਾ ਸੀ, ਤੇ ਇਸ ਕਰਕੇ ਤੁਸੀਂ ਸਾਨੂੰ ਅਕੋਰਡਿੰਗ ਟੂ ਦੈਮ ਤੁਸੀਂ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਸਪਾਊਸ ਹੋ ਨਹੀਂ, ਆਈ ਬੈਨ ਯੂ ਫੋਰ 5 ਈਅਰਸ।
which is of course which is ridiculous though. ਸਟੱਡੀ ਵੀਜ਼ਾ ਤੁਹਾਨੂੰ ਅੱਜ ਲੱਗਿਆ ਤੇ ਤੁਸੀਂ ਮੈਰਿਜ ਕਰਾ ਲਈ, ਕੱਲ ਨੂੰ ਕਰਾ ਲਈ, ਅਗਲੇ ਹਫਤੇ ਕਰਾ ਲਈ, ਮਤਲਬ ਇਹ ਤੇ ਡੇਂਜਰ ਕੰਮ ਹੈ ਕਿ ਵੀ ਤੁਹਾਡਾ ਮਕਸਦ ਹੀ ਹੈ ਕੈਨੇਡਾ ਲਈ ਤੁਸੀਂ ਰਿਸ਼ਤਾ ਕੀਤਾ ਹੈ ਵਗੈਰਾ ਆਈਲੈਂਡ ਸਕੂਲੀ ਦੇਖਕਰ, ਸੋ ਦਿਸ ਇਜ਼ ਆਲਸੋ ਕਾਲ ਅਕੋਰਡਿੰਗ ਟੂ ਦੈਮ ਇਜ਼ ਕਾਲ ਫੇਕ ਰਿਲੇਸ਼ਨਸ਼ਿਪ। ਹਾਂਜੀ, ਬਹੁਤ ਸਾਰੇ ਮੇਰਾ ਫਰੈਂਡ ਹੀ ਇੱਕ, ਉਹਨੇ ਵੀ ਥੋੜ੍ਹੀ ਜਿਹੀ ਗਲਤੀ ਕੀਤੀ ਸੀ ਇੱਦਾਂ ਕੋਈ, ਤੇ ਉਹਦਾ ਤੇ ਬਣਿਆ ਨਹੀਂ ਵਿਚਾਰੇ ਦਾ, ਹੁਣ ਥੋੜ੍ਹੇ ਦਿਨ ਹੋਏ ਉਹ ਇੱਥੋਂ ਪੀਆਰ ਹੀ ਗਿਆ, ਉਹ 5 ਸਾਲ ਇੱਥੇ ਰਿਹਾ। ਅੱਛਾ, 5 ਸਾਲ, 5 ਇਅਰਸ? ਹਾਂਜੀ, 5 ਸਾਲ ਇੱਥੇ ਰਿਹਾ। ਅੱਛਾ 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 ਅੱਛਾ, ਓਹੋ, 5 ਸਾਲ ਦਾ ਦੇਖੋ, ਹੁਣ 5 ਸਾਲ ਦਾ ਜਿਹੜਾ ਸਮਾਂ ਚਲਾ ਗਿਆ ਜਿਹੜਾ, ਉਹਦਾ ਉਹਦਾ ਉਹਦੀ ਉਹਦੀ ਭਰਪਾਈ ਕੌਣ ਕਰੇਗਾ? ਹਾਂਜੀ, ਉਹ ਦੂਰ ਰਹਿਣਾ ਬੜਾ ਔਖਾ ਹੋ ਜਾਂਦਾ ਜਦੋਂ ਕੋਈ ਪ੍ਰੋਬਲਮ ਬਾਹਰ ਆਉਂਦੀ ਹੈ, ਜਾਂ ਵਾਈਫ ਨੂੰ ਕੋਈ, ਜਿੱਦਾਂ ਮੇਰੀ ਵਾਈਫ ਨੂੰ ਥੋੜੀ ਸੱਟ ਲੱਗ ਗਈ, ਫਿਰ ਉਦੋਂ ਥੋੜਾ ਬੇਵਸ ਜਿਹਾ ਮਹਿਸੂਸ ਕਰਦਾ ਨਾ ਬੰਦਾ, ਵੀ ਮੈਂ ਇੱਥੇ ਰਹਿ ਕੇ ਆਪਾਂ ਕੁਝ ਕਰ ਨਹੀਂ ਸਕਦੇ, ਤੇ ਫਿਕਰ ਵੀ ਹੁੰਦਾ ਆ। ਫਿਰ ਉਹ ਚਲੋ ਰੱਬ ਦੀ ਕਿਰਪਾ, ਚਲੋ ਵਧੀਆ ਹੋ ਗਿਆ। ਬਹੁਤ ਬਹੁਤ ਥੈਂਕ ਯੂ ਤੁਹਾਡਾ। Thank you, Gurpreet. Thank you very much for calling back again. I wish you good luck. The medical request on why you medical karao te Canada pahuncho. Okay, thank you, sir. Thank you so much. Thank you. Take care. Goodbye.